प्यारे बहन भाइयों अस्सलाम वालेकुम। मैं उम्मीद करता हूँ कि आप सभी बहन भाई अल्लाह ताला के फजल और करम के साथ ठीक ठाक होंगे और हमारी दुआ है कि अल्लाह ताला हमारे सभी बहन भाई को खुश रखे, आबाद रखे और आप सदा हंसते मुस्कुराते रहें। इस दुआ के साथ अपनी आज की वीडियो करते हैं शुरू। और वीडियो शुरू करने से पहले जो दोस्त हमारे चैनल पर नए जिन्होंने अभी तक हमारे यूट्यूब चैनल आवाज़ वीर को सब्सक्राइब नहीं किया तो कैंडली सब्सक्राइब कर लें। अगर हमारे चैनल को सब्सक्राइब किया तो साथ में घंटे के बटन को ज़रूर प्रेस करें ताकि हम जो भी नई वीडियो बनाएंगे उसका नोटिफिकेशन आपको बर वक्त मिलता रहेगा। अगर साड़ी आज की वीडियो साड़ी बहन बहन अच्छी लगी उसमें लाइक और शेयर करिए और अपनी आज की वीडियो करते हैं शुरू। कर चीज़ गुजर गई चिस्को कर चीज है अच्छा वो सामने है वो सामने साडा मारे से डरता है से हम साए दुनिया ते पूछदे हैं यदि अम्मी जी किसे हम साए आई हुई है साडा माल है तो डरता है किसे आंडी गुआंडी दी आई है पता नहीं किन्ना दी हुन साडा कुत्ता गुलरी दे पीछे लगदा है ते साडा माल सारा नु मारन पंदा है ओ ना बंदे अपना नाम मारो इसनु ए फड़ी नहीं आंदी हुंदियां ए डर भी मार जांदियां उच्ची उच्चिया अम्मी इन दाने पायो चकोर नू ना दाने पायो इतनी प्यारी आ पता नहीं चकोर है चकोरा हुण ये नहीं पता लगता मैनू मैनू लगता चकोर चकोर होएगी इबन दाने लग पाओ दाने दाने पाओ बेटा जेदी हुई आप ही लै जाएंगे बड़ा डराना ਇਹ ਪਿਆਰੀ ਲੱਗਦੀ ਯਾਰ ਮੁਰਗੀਆਂ ਨਾ ਫਿਰਨਾ ਚਾਹੁੰਦੀ ਸਾਡੀ ਮੁਰਗੀਆਂ ਵੀ ਡਰਦੀਆਂ ਇਹ ਤੋਂ ਫਿਰ ਅਸੀਂ ਇਹ ਤਾਂ ਕੀ ਕਰੀ ਨਾ ਇਹ ਦਾਣੇ ਪਾ ਦੋ ਤੇ ਸਵੇਰ ਦਾ ਟਾਈਮ ਹੈ ਬਈ ਪੇੜ ਥਲੇ ਦੁੱਧ ਵੀ ਹਾਂ ਨਹੀਂ ਤਾਂ ਉਹਨੇ ਲੈ ਲੈਣ ਰੱਦ ਵੀ ਨਹੀਂ ਪੀਣ ਦਿੱਤਾ ਹੈਗਾ ਤੇ ਫੀਡਰ ਪਿਲਾਇਆ ਇੱਕ ਦੂਸਰਾ ਫੀਡਰ ਹੱਦ ਤੱਕ ਹੁਣ ਪਿਲਾਇਆ ਸਵੇਰ ਤੜਕੇ ਦੇ ਚੋਇਆ ਸੀ ਉਸ ਤੋਂ ਬਾਅਦ ਫਿਰ ਜਦੋਂ ਇੱਕ ਫੀਡਰ ਪਿਲਾਇਆ ਸੀ ਤੇ ਬਾਅਦ 'ਚ ਹੁਣ ਪਿਲਾਇਆ ਮੋਹਿਤ ਸਾਹਿਬ ਨੇ ਆ ਕੇ ਉਤਨਾ ਕੁ ਫੀਡਰ ਪਿਤਾ ਤੇ ਬਕਾਇਆ ਲੈ ਲੈਣ ਨਹੀਂ ਪੀਤਾ ਹੈਗਾ ਤੇ ਹੁਣ ਮੋਹਿਤ ਸਾਹਿਬ ਲੈ ਨਾਲ ਕਹਿ ਰਿਹਾ ਹੈ ਤੇ ਹੁਣ ਮੋਹਿਤ ਸਾਹਿਬ ਇਹਦੀ ਜਾਨ ਨਹੀਂ ਛੋੜੇ ਕਰੇਗਾ ਇਹ ਮੋਹਿਤ ਨਹੀਂ ਛੋੜੇਗਾ ਮੋਹਿਤ ਇਹਦੀ ਨਹੀਂ ਛੋੜੇਗਾ ਤੇ ਮੋਹਿਤ ਸਾਹਿਬ ਨੂੰ ਜਿਹੜਾ ਹੈਗਾ ਨਾ ਮੈਨੂੰ ਬਹੁਤ ਜ਼ਿਆਦਾ ਪਸੰਦ ਹੈ ਮੋਹਿਤ ਸਾਹਿਬ ਕਹਿੰਦਾ ਕਿ ਮੇਰਾ ਦੋਸਤ ਹੁਣ ਇਹ ਤੇ ਜਿਹੜੀ ਹੈ ਕੱਟੀ ਆਰਾਮ ਨਾਲ ਬੈਠੀ ਮੋਹਿਤ ਸਾਹਿਬ ਨੂੰ ਉਹਦੀ ਕੋਈ ਪਰਵਾਹ ਨਹੀਂ ਹੈਗੀ ਲੇਕਿਨ ਮੋਹਿਤ ਸਾਹਿਬ ਜਿਹੜਾ ਨਾ ਇਹਨੂੰ ਪਿਆਰ ਕਰੇਗਾ ਤੇ ਹਿੱਬਾ ਆ ਗਈ ਤੇ ਫਿਰ ਪਤਾ ਲੱਗੇਗਾ ਹਿੱਬਾ ਨੇ ਕਹਿਣਾ ਕਿ ਮੈਮਨਾ ਮੇਰਾ ਮੋਹਿਤ ਸਾਹਿਬ ਕਹਿ ਰਿਹਾ ਕਿ ਮੇਰਾ ਹਿੱਬਾ ਕੱਲ੍ਹ ਫੋਨ 'ਤੇ ਕਹਿ ਰਹੀ ਸੀ ਕਿ ਮੈਮਨਾ ਮੈਨੂੰ ਬੁਕਾਓ ਵੀਡੀਓ 'ਤੇ ਤੇ ਮੈਮਨਾ ਮੇਰਾ ਆ ਮੋਹਿਤ ਸਾਹਿਬ ਕਹਿੰਦਾ ਕਿ ਮੇਰਾ ਹਿੱਬਾ ਕੱਟੀ ਲੈ ਲੈ ਕੀ ਕਹਿੰਦਾ ਮੋਹਿਤ ਮੈਮਨਾ ਦੰਦੀਆਂ ਨਹੀਂ ਵੜਦਾ ਪਤਾ ਨਹੀਂ ਵੜਦਾ ਦੰਦੀਆਂ ਇਹ ਉਹ ਆ ਜਾ ਪੱਠੇ ਨਹੀਂ ਖਾਣੇ ਛੋਟਾ ਜੇ ਉਹਨੇ ਪੱਠੇ ਕਿਤੇ ਖਾਣੇ ਪੁੱਤ ਬੱਕਰੀ ਖਾਂਦੀ ਆ ਉਹ ਬੱਕਰੀ ਨੇ ਪਾਏ ਹੋਏ ਆ ਭੇੜ ਖਾਂਦੀ ਉਹਨੂੰ ਪਾਏ ਹੋਏ ਤੇ ਇਹਨੇ ਨਹੀਂ ਖਾਣੇ ਹਜੇ ਭੇਡੂ ਨੇ ਕਿਹੜਾ ਕੱਟੀ ਕੱਟੀ ਨੇ ਵੀ ਨਹੀਂ ਖਾਣੇ ਹੈਗੇ ਕੱਟੀ ਵਿੱਚ ਛੋਟੀ ਉਹ ਵੀ ਨਹੀਂ ਖਾਏਗੀ ਯਾਰ ਤੈਨੂੰ ਹੁਣ ਤਾਂ ਦੁੱਧ ਪਿਲਾਇਆ ਜੇ ਮੋਹਿਤ ਸਾਹਿਬ ਨੇ ਹੁਣ ਛੱਡ ਠਹਿਰ ਕੇ ਪਕੜ ਲਓ ਆਪਣਾ ਭੇਡੂ ਪਕੜ ਲਾ ਸ਼ਾਬਾਸ਼ ਸ਼ਾਬਾਸ਼ ਪਕੜ ਲਓ ਇਹ ਬੇਟਾ ਇਹ ਆਪਣੀ ਮੰਮਾ ਨਾਲ ਜ਼ਿਆਦਾ ਵੀ ਹੁਣ ਸਾਡਾ ਪਿਆਰ ਕਰੇਗਾ ਕਿਉਂਕਿ ਇਹਦੀ ਮੰਮਾ ਨੂੰ ਦੁੱਧ ਨਹੀਂ ਨਾ ਦਿੰਦੀ ਹੈਗੀ ਅਤੇ ਇਹਨੂੰ ਅਸੀਂ ਫੀਡਰ ਪਿਲਾਵਾਂਗੇ ਅਤੇ ਫਿਰ ਜਦੋਂ ਜਿਹੜਾ ਬੱਚਾ ਫੀਡਰ 'ਤੇ ਪਾ ਲਓ ਫਿਰ ਉਹਨੂੰ ਜਿਹੜਾ ਫੀਡਰ ਪਿਲਾਵੇ ਉਹ ਮੈਮ ਨਾ ਹੋਵੇ ਚਾਹੇ ਮੈਮ ਨਹੀਂ ਹੋ ਫਿਰ ਉਸਦਾ ਬਹੁਤ ਜ਼ਿਆਦਾ ਕਰਦੇ ਆ ਹਾਂਜੀ ਪਿਲਾ ਦੇ ਚੱਲ ਪਿਲਾ ਦੇ ਬੱਚੇ ਇਹਨੂੰ ਕੁਛ ਨਾ ਕਹੀ ਮੈਮਨੇ ਨੂੰ ਮਾਰ ਪੈਗੀ ਨਹੀਂ ਤੈਨੂੰ ਅੱਗੇ ਐਵੇਂ ਤਾਂ ਐਵੇਂ ਦੁੱਧ ਪਿਲਾਈਦਾ ਐਵੇਂ ਫਿਰ ਥਾਂ ਤੱਕ ਰੱਖੀਦਾ ਠੀਕ ਹੈ ਨਾ ਹਾਂਜੀ ਫਿਰ ਮੈਂ ਦੁੱਧ ਤੁਸੀਂ ਪਿਲਾਉਣਾ ਕਰਨਾ ਸੁਬਹ ਉੱਠ ਕੇ ਦੁਪਹਿਰੇ ਵੀ ਸ਼ਾਮੀ ਵੀ ਦਿਹਾੜੀ ਤਿੰਨ ਚਾਰ ਟਾਈਮ ਜਿਹੜਾ ਦੁੱਧ ਪਿਲਾਉਣਾ ਨਾ ਇਹ ਤੁਹਾਡਾ ਕੰਮ ਹੈ ਠੀਕ ਆ ਜਦੋਂ ਤੱਕ ਤੁਸੀਂ ਸਕੂਲ ਜਾਣ ਲੱਗਦੇ ਹੁਣ ਤੁਸੀਂ ਸਕੂਲ ਜਾਣ ਪੈਣੇ ਸਕੂਲ ਜਾਣ ਪੈ ਕੇ ਫਿਰ ਮੈਂ ਪਲਾਨ ਕਰਾਂਗਾ ਜਿੱਦਣ ਤੱਕ ਤੂੰ ਤਾਂ ਸਕੂਲ ਨਹੀਂ ਜਾਂਦੇ ਤੁਸੀਂ ਦੁੱਧ ਪਿਲਾਉਣਾ ਕਰਨਾ ਉਹ ਦਾਰਾ ਦੇ ਮੂੰਹ 'ਚ ਪਾ ਤਾਂ ਤਾਰੇ ਦੇ ਫਿਰ ਤਾਂ ਲੱਗਦੇ ਮੂੰਹ 'ਚ ਪਾ ਕੇ ਫਿਰ ਤਾਂ ਲੱਗਦੇ ਹੈ ਅੱਛਾ
अच्छा लगा दो। अच्छा भी वाशिंग मशीन का पैप जरा लीक हो जगह तो बस जमी कपड़े धोने तो फिर चेंज कर देने पा देने नहीं तो कपड़े धो यार मैं तार लेना यार ना तंग कर दूसरा लैके आना पैना है वो कटना पैना जा हरी बलैटना पै हाँ आंदी है ਸਾਰਾ ਪਾਣੀ ਨਮਕੀਨ ਹੈ ਨਾ ਹਾਂ ਜੀ ਨਮਕੀਨ ਪਾਣੀ ਨਹੀਂ ਜ਼ਿਆਦਾ ਖਰਾਬ ਹੋ ਜਾਂਦੀ ਹੈ ਹਾਂ ਜੀ ਬਸ ਹੁਣ ਫੋਨ ਨਾ ਸੁਣਨਾ ਸੁਣੇ ਠੀਕ ਠਾਕ ਵਾ ਜੀ ਤੂੰ ਸੁਣਾ कुछ भी नहीं कि बस काम कुम करके हटी हाँ आवाज नू क्या पैप पा दे मशीन नू कपड़े धोने मोइस बाहर अपने पापा ना पानी पिलान दिया हाँ लड़ाई तो किसी ने नहीं की माशाल्लाह खुश है भी मज ने कट्टी दिती है ते भेडू भेड़ ने लीला दिता वा तेरा लड़ते दोनों भैन भरा आपस हाँ बथेरा फसदे सारी दिहाड़ी हाँ भाई आमी उन्हें बोझी और प्याज से ही बाउंड सारे पैदा भी बने पेड़ों देखिया आके पेड़ों पे के दाउन पेहन चली गई कट्टी इब्बा तेरी कट चीज़ आ मोइज़ दी कट चीज़ आ मोइज़ मेमना क्या था मेमना मोइज़ क्या था मेमना मेरा है जी मोइज़ तुसी घर कौन सी मोइज़ ने मल लिया हूँ तुसी उन मेम लिया लो मेम नहीं आ तुसी बल्कि तुसी कट्टी लिया लो मोइज़ इब्बा कहती मैं मेमना लेना है की करी हूँ बेटा है चुनी तू अपने मैंने कौन देना चलना दे फिर आप ही बस कटी ले लेगी ये आज जी साड़ी है विजय सी थी ताकि कल फिर मिलेंगे एक नवी वीडियो के नाल तक अपना और अपने प्यारे का बहुत सारा ख्याल रखियो ते अपने आवास भी रखियो दुआ मची याद अल्लाह हाफिज़ अल्लाह नेगेबान।